ਲੁਧਿਆਣਾ ਦੇ ਵਿੱਚ ਸਥਿਤ ਦੀਵਾਨ ਟੋਡਰ ਮੱਲ ਰਸੋਈ ਦਾ ਹਰ ਕਿਸੇ ਨੂੰ ਪਤਾ ਹੈ ਅਤੇ ਇਸ ਰਸੋਈ ਦੇ ਵਿੱਚ ਕੋਈ ਵੀ ਸ਼ਖਸ ਜਾ ਕੇ 10 ਰੁਪਏ ਦੇ ਵਿੱਚ ਢਿੱਡ ਭਰ ਕੇ ਖਾਣਾ ਖਾ ਸਕਦਾ ਹੈ। ਅਤੇ ਦੱਸ ਦਈਏ ਕਿ ਇਸ ਰਸੋਈ ਦੇ ਵੱਲੋਂ ਹਫ਼ਤੇ ਦੇ ਵਿੱਚ 2 ਦਿਨ ਰੱਖੇ ਜਾਂਦੇ ਹਨ ਜਿਸ ਦਿਨ ਕੋਈ ਵੀ ਜਾ ਕੇ 10 ਰੁਪਏ ਦੇ ਵਿੱਚ ਪੇਟ ਭਰ ਕੇ ਖਾਣਾ ਖਾ ਸਕਦਾ ਹੈ। ਅਤੇ ਅੱਜ ਇਸ ਰਸੋਈ ਨੂੰ ਪੂਰੇ 3 ਸਾਲ ਹੋ ਚੁੱਕੇ ਹਨ ਅਤੇ 3 ਸਾਲ ਪੂਰੇ ਹੋਣ 'ਤੇ ਇਸ ਰਸੋਈ ਦੇ ਸੰਸਥਾਪਕ ਦੇ ਵੱਲੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਰਾਜਨੀਤਿਕ ਸ਼ਖਸੀਅਤਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਿਰਕਤ ਕੀਤੀ ਅਤੇ ਉਹਨਾਂ ਦੇ ਵੱਲੋਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਸਰ? ਦੇਖੋ ਦੀਵਾਨ ਟੋਡਰ ਮੱਲ ਰਸੋਈ ਦੇ ਜਿੰਨੇ ਵੀ ਪ੍ਰਵੀਨ ਜੀ ਔਰ ਉਹਨਾਂ ਦੇ ਜਿੰਨੇ ਵੀ ਨਾਲ ਸਾਥੀ ਨੇ ਇਹਨਾਂ ਦਾ ਬਹੁਤ ਵੱਡਾ ਇਹ ਟੀਮ ਦਾ ਉਪਰਾਲਾ ਵਾ। ਦੀਵਾਨ ਟੋਡਰ ਮੱਲ ਦਾ ਇਤਿਹਾਸ ਆ, ਜਦੋਂ ਛੋਟੇ ਸਾਹਿਬਜ਼ਾਦਿਆਂ ਲਈ ਉਹ ਨਾ ਤਾਂ ਕੋਈ ਕੰਪਿਊਟਰ ਰਾਹੀ ਨਾ ਕਿਸੇ ਬਿੰਦੀਆਂ ਦੇ ਵਿੱਚ ਉਹ ਬਲੀਦਾਨ ਦਿੱਤਾ ਉਸ ਵੇਲੇ, ਜਿਹੜਾ ਅੱਜ ਦੇ ਲੋਕ ਯੁੱਗ ਦੇ ਵਿੱਚ ਇੱਥੇ ਕੋਈ ਅੱਜ ਕਿਸੇ ਦੀ ਕੋਈ ਥੋੜ੍ਹੀ ਬਹੁਤੀ ਵੀ ਹੈਲਪ ਕਰ ਦਿੰਦਾ ਪੂਰੀ ਦੁਨੀਆ ਨੂੰ ਦੱਸਦਾ। ਦੀਵਾਨ ਟੋਡਰ ਮੱਲ ਨੇ ਉਦੋਂ ਉਹ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਲੱਕੀ ਗਿਣਿਆ ਜਦੋਂ ਜਿਹੜੀਆਂ ਮੋਹਰਾਂ ਵਿਛਾ ਕੇ ਸਾਡੇ ਸਾਹਿਬਜ਼ਾਦਿਆਂ ਨੂੰ ਉੱਥੇ ਜਗ੍ਹਾ ਲਈ ਮੁਗਲਾਂ ਦੇ ਕੋਲੋਂ। ਉਹ ਇਤਿਹਾਸਕ ਸੀਗਾ ਔਰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ। ਜਿਹੜੀ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਵੀ ਖਤਮ ਹੋ ਜਾਂਦੀਆਂ। ਸਰ ਜਿਹੜੀ ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਜਾ ਰਹੀ ਹੈ ਉਹਨਾਂ ਨੂੰ ਕੀ ਸੰਦੇਸ਼ ਦੇ ਰਹੇ ਹੋ ਟੋਡਰ ਮੱਲ ਬਾਰੇ? ਦੇਖੋ ਟੋਡਰ ਮੱਲ ਬਾਰੇ ਆਪ ਹੀ ਆ, ਇਹ ਜਿਹੜੇ ਬੰਦੇ ਨੇ ਅੱਜ ਪ੍ਰਵੀਨ ਜੀ ਅਤੇ ਸਮੁੱਚੀ ਉਹਨਾਂ ਦੀ ਟੀਮ ਮੇਰੇ ਨਾਲ ਖੜ੍ਹੇ ਆ, ਇਹਨਾਂ ਨੇ ਇਸੇ ਕਰਕੇ ਹੀ ਇਹ ਬੀੜੇ ਚੱਕਿਆ ਕਿਉਂਕਿ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ ਵੀ ਉਸ ਵੇਲੇ ਕਿੱਡੇ ਕਿੱਡੇ ਬਲੀਦਾਨ ਦੇ ਕੇ ਕਿੱਡੀਆਂ ਕਿੱਡੀਆਂ ਧਨ ਦੌਲਤਾਂ ਨੂੰ ਅਣਦੇਖਿਆ ਕਰਕੇ ਇਹ ਸਮਾਜ ਦੀ ਰਚਨਾ ਹੋਈ ਆ। ਗੁਰੂ ਮਹਾਰਾਜ ਨੇ ਆਪਣਾ ਬੰਸ਼ ਵਾਰਿਆ ਤਾਂ ਦੁਨੀਆ ਦੇ ਵਿੱਚ ਰਚਨਾ ਰਚਾ ਕੇ ਦੱਸਿਆ ਗੁਰੂ ਮਹਾਰਾਜ ਨੇ ਵੀ ਮਾਨਵਤਾ ਦੀ ਜਿਹੜੀ ਸੇਵਾ ਵਾ ਉਹ ਇਸ ਤਰ੍ਹਾਂ ਕੀਤੀ ਜਾ ਸਕਦੀ ਆ। ਇਹਨਾਂ ਨੇ ਇਤਿਹਾਸਕ ਕੰਮ ਕੀਤੇ ਆ। ਸ਼ੁਕਰੀਆ ਜੀ। ਪ੍ਰੋਗਰਾਮ 'ਚ ਆਏ ਹੋ, ਕੀ ਕਹਿਣਾ ਚਾਹੁੰਦੇ? ਐਕਚੁਅਲੀ ਸ਼੍ਰੀ ਹਿੰਦੂ ਨਿਆਂ ਪੀਠ ਦੇ ਮੰਚ ਤੋਂ ਜਿਨ੍ਹਾਂ ਦੋਸਤਾਂ ਨੇ ਰਲ ਮਿਲ ਕੇ ਇੱਕ ਸੰਸਥਾ ਬਣਾਈ ਜਿਸ ਦਾ ਨਾਮ ਇਹਨਾਂ ਨੇ ਟੋਡਰ ਮੱਲ ਸੇਵਾ ਰਸੋਈ ਬਣਾਈ, ਜਿਸ ਦੇ ਵਿੱਚ ਇਹਨਾਂ ਨੇ ਹਜ਼ਾਰਾਂ ਹੀ ਪਰਿਵਾਰਾਂ ਨੂੰ ਉਹਨਾਂ ਦੀ ਮਾਂ ਪਕੜੀ ਔਰ 3 ਸਾਲ ਤੋਂ ਲਗਾਤਾਰ ਬਹੁਤ ਵੱਡੀ ਸੇਵਾ, ਕਿਉਂਕਿ ਅੱਜ ਕੱਲ੍ਹ ਇੱਕ ਪਰਿਵਾਰ ਨੂੰ ਪਾਲਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਕਿਤੇ ਨਾ ਕਿਤੇ ਇਸ ਸੰਸਥਾ ਨੇ 3 ਸਾਲ ਲਗਾਤਾਰ ਸੇਵਾ ਕੀਤੀ ਹੈ। ਮੇਰੀ ਆਪਣੇ ਵੱਲੋਂ ਖਾਸ ਤੌਰ 'ਤੇ ਸਾਡੀ ਸਰਕਾਰ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਦੁਆ ਕਰਦੇ ਹਾਂ ਇਸੇ ਤਰ੍ਹਾਂ ਰਲ ਮਿਲ ਕੇ ਸ਼ਹਿਰ ਦੀ ਸਮਾਜ ਦੀ ਸੇਵਾ ਕਰਦੇ ਰਹਿਣਗੇ। ਸਰ ਆਉਣ ਵਾਲੀ ਪੀੜ੍ਹੀ ਵੀ ਇਸੇ ਨਸ਼ੇ ਕਦਮ 'ਤੇ ਚੱਲੇਗੀ? ਬਿਲਕੁਲ, ਦੇਖੋ ਸਮਾਜ ਦੇ ਵਿੱਚ ਜਿਵੇਂ ਜਿਵੇਂ ਆਪਾਂ ਪੁਰਾਣੀਆਂ ਗੱਲਾਂ ਕਰ ਲਈਏ, ਜਿਹੜੇ ਸਾਡੇ ਬਜ਼ੁਰਗ ਸਾਨੂੰ ਇੱਕ ਵਿਰਸਾ ਦੇ ਗਏ ਨੇ ਜਿਸ ਤਰ੍ਹਾਂ ਸਾਡੇ ਲੋਕ ਅੱਜ ਸੰਭਾਲ ਕੇ ਬੈਠੇ ਹੋਏ ਨੇ, ਇਸ ਤਰ੍ਹਾਂ ਹੀ ਇਹ ਜੀ ਵਿਰਸਾ ਇੱਕ ਸੰਸਥਾ ਦੇ ਕੇ ਜਾ ਰਹੀ ਹੈ ਅਤੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਇਸ ਦੀ ਸੇਧ ਲੇਗੀ, ਇਹਦੀ ਸੋਚ ਦੇ ਨਾਲ ਅਗਾਂਹ ਵੱਧ ਕੇ ਜਿਸ ਤਰ੍ਹਾਂ ਇਹ ਅੱਜ 3 ਸਾਲ ਹੋਏ ਨੇ ਅਤੇ ਮੈਂ ਕਹਿ ਸਕਦਾ 30 ਸਾਲ ਵੀ ਹੋ ਸਕਦੇ ਨੇ, 300 ਸਾਲ ਵੀ ਹੋ ਸਕਦੇ ਨੇ, ਪਰ ਕਿਤੇ ਨਾ ਕਿਤੇ ਇੱਕ ਸੋਚ ਵਧੀਆ ਅੱਛੀ ਸੋਚ ਦੇ ਮਾਲਕ ਨੇ ਜਿਨ੍ਹਾਂ ਨੇ ਇੱਕ ਵਧੀਆ ਵਧੀਆ ਉਪਰਾਲਾ ਕਰਕੇ ਕੀਤਾ। ਥੈਂਕ ਯੂ ਸਰ। ਸਨਮਾਨ ਸਮਾਰੋਹ ਜਿਹੜਾ ਚੱਲ ਰਿਹਾ ਦੀਵਾਨ ਟੋਡਰ ਮੱਲ ਵੱਲੋਂ 3 ਸਾਲ ਪੂਰੇ ਹੋਣ 'ਤੇ, ਦੇਖੋ ਸ਼੍ਰੀ ਹਿੰਦੂ ਨਿਆਂ ਪੀਠ ਵੱਲੋਂ ਜੀ ਇੱਕ ਬੜਾ ਅੱਛਾ ਉਪਰਾਲਾ ਜਿਹੜਾ ਹੈ ਉਹ ਲਗਾਤਾਰ ਪਿਛਲੇ ਸਮੇਂ ਤੋਂ ਹੋ ਰਿਹਾ ਹੈਗਾ ਔਰ ਪਿਛਲੇ 3 ਸਾਲ ਤੋਂ ਦੀਵਾਨ ਟੋਡਰ ਮੱਲ ਰਸੋਈ ਇੱਕ ਮੈਂ ਸਮਝਦਾ ਕਿ ਜਿੱਥੇ ਪ੍ਰਵੀਨ ਡੰਗ ਜੀ ਔਰ ਉਹਨਾਂ ਦੀ ਪੂਰੀ ਟੀਮ ਕਾਫੀ ਲੰਬੇ ਸਮੇਂ ਤੋਂ ਦੇਸ਼ ਸੇਵਾ ਸਮਾਜ ਸੇਵਾ ਕਰ ਰਹੀ ਹੈ, ਉੱਥੇ ਜਿਹੜੀ ਇਹਨਾਂ ਨੇ ਇਹ ਦੀਵਾਨ ਟੋਡਰ ਮੱਲ ਰਸੋਈ ਸ਼ੁਰੂ ਕੀਤੀ ਹੈ ਉਹ ਇੱਕ ਇਸ
ਸਮਝਦਾ ਮੈਂ ਸਮਝਦਾ ਕਿ ਇਹਦੇ ਵਿੱਚ ਇੱਕ ਹੋਰ ਵੱਡਾ ਕਦਮ ਹੈਗਾ ਕਿ ਜਦੋਂ 10 ਰੁਪਏ ਦੇ ਵਿੱਚ ਇੱਕ ਆਮ ਜਿਹੜਾ ਗਰੀਬ ਆਦਮੀ ਹੈ ਉਹਨੂੰ ਭਰ ਪੇਟ ਰੋਟੀ 10 ਰੁਪਏ ਦੇ ਵਿੱਚ ਮਿਲਦੀ ਹੈ ਔਰ ਮੈਂ ਉੱਥੇ ਖੁਦ ਜਾ ਕੇ ਦੇਖਿਆ ਕਿ ਕਿਸ ਢੰਗ ਨਾਲ ਉੱਥੇ ਜਿਹੜੇ ਵਿਚਾਰੇ ਅਸਹਾਏ ਨੇ ਜਿਨ੍ਹਾਂ ਨੂੰ ਰੋਟੀ ਕਮਾਉਣੀ ਔਖੀ ਲੱਗਦੀ ਹੈ ਉਹਨਾਂ ਦਾ ਕੋਈ ਕਮਾਈ ਦਾ ਸਾਧਨ ਨਹੀਂ ਹੈ ਗਰੀਬ ਲੋਕ ਉਹ ਉੱਥੇ 10 ਰੁਪਏ ਦੇ ਵਿੱਚ ਭਰ ਪੇਟ ਭੋਜਨ ਕਰਦੇ ਨੇ ਔਰ ਬੜਾ ਅੱਛਾ ਭੋਜਨ ਹੁੰਦਾ ਮੈਂ ਸਮਝਦਾ ਕਿ ਪ੍ਰਵੀਨ ਡੰਗ ਜੀ ਉਹਨਾਂ ਦੀ ਪੂਰੀ ਟੀਮ ਸ਼੍ਰੀ ਹਿੰਦੂ ਨਿਆਏ ਪੀਠ ਦੇ ਸਾਰੇ ਜਿਹੜੇ ਕਾਰਿਆਕਰਤਾ ਨੇ ਉਹ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਨੇ ਇੱਕ ਬਹੁਤ ਹੀ ਮੈਂ ਸਮਝਦਾ ਕਿ ਇਹ ਦੇਸ਼ ਸੇਵਾ ਵਾਲਾ ਕੰਮ ਹੈ ਸਮਾਜ ਸੇਵਾ ਦੇ ਨਾਲ ਨਾਲ ਦੇਸ਼ ਸੇਵਾ ਦਾ ਵੀ ਕੰਮ ਹੈ ਔਰ ਮੈਂ ਇਸ ਉਪਰਾਲੇ ਦੀ ਜਿੱਥੇ ਪ੍ਰਵੀਨ ਡੰਗ ਜੀ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਉੱਥੇ ਪਰਮਾਤਮਾ ਦੇ ਚਰਨਾਂ 'ਚ ਇਹ ਵੀ ਬੇਨਤੀ ਕਰਦਾ ਕਿ ਇਹਨਾਂ ਪੂਰੀ ਟੀਮ ਨੂੰ ਪੂਰਾ ਉਹ ਆਸ਼ੀਰਵਾਦ ਬਖਸ਼ਣ ਬਲ ਬਖਸ਼ਣ ਔਰ ਤਾਂ ਕਿ ਇਹ ਹੋਰ ਵੱਧ ਚੜ੍ਹ ਕੇ ਸਮਾਜ ਦੀ ਸੇਵਾ ਕਰਨ ਔਰ ਇਹਦੇ ਨਾਲ ਨਾਲ ਸ਼੍ਰੀ ਹਿੰਦੂ ਨਿਆਏ ਪੀਠ ਵੱਲੋਂ ਜਿਹੜਾ ਆਪਸੀ ਭਾਈਚਾਰੇ ਨੂੰ ਜੋੜਦਾ ਕੰਮ ਕੀਤਾ ਜਾਂਦਾ ਉਹ ਵੀ ਬਹੁਤ ਸ਼ਲਾਘਾਯੋਗ ਕੰਮ ਹੈ ਬੱਚਿਆਂ ਨੂੰ ਅੱਛੀ ਸੰਸਕ੍ਰਿਤੀ ਦੇਣਾ ਬੱਚਿਆਂ ਨੂੰ ਧਾਰਮਿਕ ਸਮਾਗਮਾਂ ਦੇ ਨਾਲ ਜੋੜਨਾ ਇਹ ਵੀ ਇੱਕ ਬਹੁਤ ਅੱਛਾ ਸ਼ਲਾਘਾਯੋਗ ਕੰਮ ਹੈ ਸੋ ਮੈਂ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਅੱਜ ਇਹਨਾਂ ਨੇ 3 ਸਾਲ ਦਾ ਜਿਹੜਾ ਸਮਾਗਮ ਇਹ ਸਾਲਾਨਾ ਸਮਾਗਮ ਮਨਾਇਆ ਉੱਥੇ ਉਹਨਾਂ ਲੋਕਾਂ ਜਿਹੜੇ ਲੋਕ ਇਸ ਸਾਰੇ ਕੰਮ ਦੇ ਵਿੱਚ ਆਪਣਾ ਸਹਿਯੋਗ ਦਿੰਦੇ ਨੇ ਉਹਨਾਂ ਨੂੰ ਬੁਲਾ ਕੇ ਸਨਮਾਨਿਤ ਕਰਨ ਦਾ ਅੱਜ ਕਾਰਜਕ੍ਰਮ ਹੈਗਾ ਸੋ ਇਹ ਮੈਂ ਸਮਝਦਾ ਕਿ ਪੂਰੀ ਟੀਮ ਨੇ ਇੱਕ ਬੜਾ ਅੱਛਾ ਉਪਰਾਲਾ ਕੀਤਾ ਕਿ ਜਦੋਂ ਸਾਰੇ ਉਹਨਾਂ ਲੋਕਾਂ ਨੂੰ ਕਿ ਜੋ ਇਸ ਮਹਾਨ ਕੰਮ ਦੇ ਵਿੱਚ ਆਪਣੀ ਅਹੁਦੇ ਪਾ ਰਹੇ ਨੇ ਉਹਨਾਂ ਨੂੰ ਵੀ ਬੁਲਾ ਕੇ ਦਿਖਾਉਂਦੇ ਨੇ ਵੀ ਔਰ ਦੱਸਦੇ ਨੇ ਵੀ ਕਿ ਅਸੀਂ ਇਹ ਅੱਛਾ ਕੰਮ ਕਰ ਰਹੇ ਹਾਂ ਬਹੁਤ ਧੰਨਵਾਦ ਅਸੀਂ ਸ਼੍ਰੀ ਹਿੰਦੂ ਨਿਆਏ ਪੀਠ ਵੱਲੋਂ ਜਿਹੜਾ ਕਾਰਜ ਆਰੰਭਿਆ ਗਿਆ ਹੈ ਦੀਵਾਨ ਟੋਡਰ ਮੱਲ ਸੇਵਾ ਰਸੋਈ ਦੇ ਵਿੱਚੋਂ ਜ਼ਰੂਰਤਮੰਦ ਬੰਦਿਆਂ ਨੂੰ ਲੋੜਵੰਦ ਬੰਦਿਆਂ ਨੂੰ ਪਰਿਵਾਰ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਖਾਣਾ ਦਿੱਤਾ ਜਾ ਰਿਹਾ ਸ਼ਲਾਘਾਯੋਗ ਕਦਮ ਹੈ ਔਰ ਜਿਹੜੇ ਤਿੰਨ ਸਾਲਾਂ 'ਚ ਪੂਰੇ ਹੋਏ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਉਹ ਸਾਰੇ ਵਧਾਈ ਦੇ ਪਾਤਰ ਨੇ ਔਰ ਖਾਸ ਕਰਕੇ ਮੀਡੀਆ ਵੀ ਬੜਾ ਵਧਾਈ ਦਾ ਪਾਤਰ ਹੈ ਕਿ ਜਿਹੜਾ ਸਾਨੂੰ ਸਮੇਂ 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 ਸਬਰ ਕਵਰ ਕਰਦਾ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੁੰਦੇ ਹਿੰਦੂ ਨਿਆਏ ਪੀਠ ਵੱਲੋਂ ਪਿਛਲੇ 3 ਸਾਲ ਤੋਂ ਦੀਵਾਨ ਟੋਡਰਮੱਲ ਜੀ ਸੇਵਾ ਰਸੋਈ ਦੇ ਮਾਧਿਅਮ ਨਾਲ ਜ਼ਰੂਰਤਮੰਦਾਂ ਲਈ 10 ਰੁਪਏ 'ਚ ਭਰ ਪੇਟ ਖਾਣੇ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਸੇਵਾ ਇੱਕ ਬੂਥ ਤੋਂ ਸ਼ੁਰੂ ਹੋਈ ਸੀ ਜਿਹੜੀ 6 ਬੂਥਾਂ ਦੇ ਉੱਤੇ ਅਟੂਟ ਚੱਲ ਰਹੀ ਹੈ ਔਰ ਐਡਾ ਵੱਡਾ ਕਾਰਜ ਜਿਹੜਾ ਹੁੰਦਾ ਸਹਿਯੋਗ ਤੋਂ ਬਿਨਾਂ ਨਹੀਂ ਚੱਲ ਸਕਦਾ ਇਸ ਕਾਰਜ ਦੇ ਵਿੱਚ ਸਹਿਯੋਗ ਕਰਨ ਵਾਲੇ ਜਿਹੜੇ ਮਹਾਨ ਦਾਨੀ ਸੱਜਣ ਨੇ ਇਸ ਰਸੋਈ ਦੇ ਪ੍ਰਸਾਰ ਔਰ ਪ੍ਰਚਾਰ ਦੇ ਵਿੱਚ ਸਹਿਯੋਗ ਕਰਨ ਵਾਲੇ ਜਿਹੜੇ ਮੇਰੇ ਪੱਤਰਕਾਰ ਬੰਧੂ ਨੇ ਉਹਨਾਂ ਦੇ ਨਿਮਿਤ ਅੱਜ ਦਾ ਇਹ ਸਮਾਗਮ ਗੁਰੂ ਨਾਨਕ ਦੇਵ ਭਵਨ 'ਚ ਰੱਖਿਆ ਗਿਆ ਸੀ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਆ ਕੇ ਆਸ਼ੀਰਵਾਦ ਦਿੱਤਾ ਪਿਆਰ ਦਿੱਤਾ ਉਮੀਦ ਕਰਦੇ ਹਾਂ ਉਹਨਾਂ ਦਾ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਹੂਗਾ ਔਰ ਜਿਹੜੀ ਰਸੋਈ ਅੱਜ 6 ਜਗ੍ਹਾ 'ਤੇ ਸੇਵਾ ਦੇ ਰਹੀ ਆ ਆਉਣ ਵਾਲੇ ਸਮੇਂ 'ਚ ਸਾਡਾ ਟਾਰਗੇਟ ਇਹਨੂੰ 60 ਜਗ੍ਹਾ ਤੱਕ ਸੇਵਾ ਪਹੁੰਚਾਉਣ ਦਾ ਅਸੀਂ ਉਹਦੇ ਵਿੱਚ ਕਾਮਯਾਬ ਹੋਵਾਂਗੇ ਸਰ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਜਿਹੜਾ ਨੌਜਵਾਨ ਪੀੜ੍ਹੀ ਦੂਸਰੇ ਪਾਸੇ ਜਾ ਰਹੀ ਹੈ ਇਤਨੀ ਸੀ ਬਾਤ ਹਵਾਓਂ ਕੋ ਬਤਾਏ ਰੱਖਣਾ ਰੋਸ਼ਨੀ ਹੋ ਗਈ ਦੀਓਂ ਕੋ ਜਲਾਏ ਰੱਖਣਾ ਲਹੂ ਦੇ ਕਰ ਕੀ ਹੈ ਹਿਫਾਜ਼ਤ ਹਮਾਰੇ ਜਿਸ ਧਰਮ ਕੀ ਹਮਾਰੇ ਬਜ਼ੁਰਗੋ ਨੇ ਉਸ ਧਰਮ ਕੋ ਆਪਣੇ ਦਿਲ ਮੇ ਵਸਾਏ ਰੱਖਣਾ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਧਰਮ ਦੀ ਸ਼ਿਕਸ਼ਾ ਦਿਓ ਜਿਹੜੇ ਬੱਚੇ ਨੂੰ ਬਚਪਨ ਤੋਂ ਹੀ ਸ਼ਿਕਸ਼ਾ ਮਿਲੇਗੀ ਧਰਮ ਦੀ ਉਹ ਕਦੇ ਵੀ ਗਲਤ ਰਸਤੇ 'ਤੇ ਨਹੀਂ ਜਾਏਗਾ ਜੋ ਟੋਡਰਮੱਲ ਨੇ ਕੀਤਾ ਉਹ ਕਰ ਦਿਖਾਇਆ ਕਿ ਆਉਣ ਵਾਲੀ ਪੀੜ੍ਹੀ ਇਸ ਕਦਮ 'ਤੇ ਚੱਲੂਗੀ ਉਹਨਾਂ ਦੀ ਸ਼ਿਕਸ਼ਾ ਉਹਨਾਂ ਦਾ ਸੰਦੇਸ਼ ਉਹਨਾਂ ਦਾ ਤਿਆਗ ਉਹਨਾਂ ਦੀ ਕੁਰਬਾਨੀ ਜਿਸ ਲਈ ਜਨ ਜਨ ਤੱਕ ਪਹੁੰਚੇਗੀ ਕਹਿੰਦੇ ਹੁੰਦੇ ਆ ਨਾ ਇੱਕ ਤਬੀਅਤ ਤੋਂ ਪੱਥਰ ਸੇ ਉਛਾਲੋ ਯਾਰੋ ਆਸਮਾਨ ਮੇਂ ਹੋਤਾ ਹੈ ਛੇਦ
ਅਗਰ ਅਸੀਂ ਇਹ ਸ਼ਿਕਸ਼ਾ ਬੱਚਿਆਂ ਤੱਕ ਪਹੁੰਚਾਉਂਦੇ ਰਹਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਸੇ ਹਾਲਾਤ ਨਾ ਬਣਨ ਕਿ ਕਿਸੇ ਨੂੰ ਅਜਿਹਾ ਕੰਮ ਕਰਨਾ ਪਵੇ, ਪਰ ਸਕਾਰਾਤਮਕ ਰੂਪ ਦੇ ਵਿੱਚ ਕਿਸੇ ਦੀ ਅਗਰ ਕੋਈ ਮਦਦ ਕਰ ਸਕਦਾ ਉਹਨਾਂ ਤੋਂ ਪ੍ਰੇਰਣਾ ਲੈ ਕੇ, ਤਾਂ ਮੈਂ ਸਮਝਦਾ ਸਾਡਾ ਇਹ ਜਿਹੜਾ ਕਾਰਜ ਚੱਲਿਆ ਸਫਲ ਹੋਏਗਾ। ਤੁਹਾਨੂੰ ਲੱਗਦਾ ਕਿ ਹਿੰਦੂ ਸਿੱਖ 'ਚ ਕੋਈ ਫਰਕ ਹੈ? ਸਾਨੂੰ ਨਹੀਂ ਲੱਗਦਾ, ਪਰ ਜਿਹੜੇ ਲੋਕ ਆਪਣੇ ਤੁੱਛ ਰਾਜਨੀਤਿਕ ਸਵਾਰਥਾਂ ਲਈ ਫਰਕ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਜਵਾਬ ਸਮੇਂ ਸਮੇਂ 'ਤੇ ਦੇਣਾ ਜ਼ਰੂਰੀ ਹੁੰਦਾ। ਉਹ ਅਸੀਂ ਪ੍ਰਯਾਸ ਕਰਦੇ ਹਾਂ ਇਸ ਰਸੋਈ ਦੇ ਮਾਧਿਅਮ ਨਾਲ। ਠੀਕ, ਧੰਨਵਾਦ ਜੀ। SMZ ਨਿਊਜ਼ ਦੇ ਲਈ ਲੁਧਿਆਣਾ ਤੋਂ ਬੱਲੂ ਦੀ ਰਿਪੋਰਟ।